दया करे विशाख भला विशाख भला घर आओ प्यारे घर आओ प्यारे दुत्तर तारे तुद बिन अढ़ना विशाख भला
आँख भला पीछे कोई काज खड़ा है। मनुख कोई काम कर रहा है, कारोबार कर रहा है, तो कोई पूछ सकता है ये क्यों कर रहा है, क्यों लफज जीवन दे हर पहलू ते नाल नाल खड़ा है।
ਅੱਜ ਦਾ ਇਹ ਸ਼ਬਦ ਜਿਵੇਂ ਮੈਂ ਅਰਗਤ ਕੀਤੀ ਸੀ, 12 ਮਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਥਾਵਾਂ 'ਤੇ ਨੇ। ਇੱਕ ਗੁਰੂ ਅਰਜਨ ਪਾਤਸ਼ਾਹ ਜੀ ਦਾ ਜਿਹੜਾ ਅਸੀਂ ਹਰ ਮਹੀਨੇ ਆਮ ਗੁਰਦੁਆਰਿਆਂ ਅਸਥਾਨਾਂ 'ਤੇ ਪੜ੍ਹਦੇ ਸੁਣਦੇ ਹਾਂ, ਅਤੇ ਇੱਕ 12 ਮਾਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੁਖਾਰੀ ਰਾਗ ਵਿੱਚ। ਉਹ ਅਕਸਰ ਅਗਿਆਤ ਹੈ ਕਿਉਂਕਿ ਅਸੀਂ ਹਮੇਸ਼ਾ ਨਹੀਂ ਪੜ੍ਹਦੇ। ਅਤੇ ਮੈਂ ਚਾਹੁੰਦਾ ਸਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ 12 ਮਾਹ ਆਰੰਭਕ 12 ਮਾਹ ਜਿਹੜਾ ਹੈ ਉਹਦੇ ਵਿੱਚ ਵਿਸਾਖ ਕੀ ਹੈ, ਇਹ ਸ਼ਬਦ ਗੁਰੂ ਨਾਨਕ ਦੇ ਤੁਖਾਰੀ ਰਾਗ ਦੇ 12 ਮਾਹ ਦਾ ਹੈ, ਉਹਦੇ ਵਿੱਚ ਵਿਸਾਖ ਵੇਖਣਾ ਕੀ ਹੈ। ਸਤਿਗੁਰੂ ਆਖਦੇ ਨੇ ਵਿਸਾਖ ਭਲਾ ਵਿਸਾਖ ਭਲਾ ਸਾਖਾ ਵੇਸ ਕਰੇ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਵਿਸਾਖ ਦੇ ਅਰਥ ਕਰ ਦਿੱਤੇ ਨੇ, ਅਨਵੇ ਕਰ ਦਿੱਤਾ ਹੈ। ਔਰ ਕਿਹੜੇ ਡੀਪ ਗਏ ਨੇ ਵਿਸਾਖ ਲਫਜ਼ ਨੂੰ ਵਰਤਣ ਵਕਤ। ਕਹਿੰਦੇ ਨੇ ਵਿਸਾਖ ਇਹਨੂੰ ਆਖਿਆ ਕਿਉਂ ਜਾਂਦਾ ਹੈ, ਕਿਉਂਕਿ ਕੋਈ ਚੀਜ਼ ਦਾ ਨਾਮ ਜਿਹੜਾ ਹੈ ਉਹਦੇ ਪਿਛੋਕੜ ਵਿੱਚ ਕੋਈ ਇਤਿਹਾਸ ਹੈ। ਇਹਦਾ ਨਾਮ ਵਿਸਾਖ ਕਿਉਂ ਰੱਖਿਆ ਹੈ? ਜੇਠ ਦਾ ਮਹੀਨਾ, ਜੇਠ ਜੁੜਨ ਦਾ ਲੋੜੀਏ ਕਿਉਂਕਿ ਸਭ ਤੋਂ ਵੱਡਾ ਮਹੀਨਾ ਹੈ। ਤੁਸੀਂ 12 ਮਾਹ ਦੇ ਕਦੇ ਦੇਸੀ ਮਹੀਨਿਆਂ ਦੀ ਗਿਣਤੀ ਕਰੋ ਨਾ, ਸਭ ਤੋਂ ਦਿਨਾਂ ਦੀ ਗਿਣਤੀ ਵਿੱਚ ਵੱਡਾ ਮਹੀਨਾ ਹੈ। ਇਸੇ ਲਈ ਉਹਦਾ ਨਾਂ ਜੇਠ ਰੱਖਿਆ, ਜੇਠ ਵੱਡੇ ਭਰਾ ਨੂੰ ਕਹਿੰਦੇ ਨੇ। ਜੇਠ ਦਾ ਮਤਲਬ ਹੀ ਹੁੰਦਾ ਵੱਡਾ। ਇਹ ਵਿਸਾਖ ਹੈ। ਮੈਂ ਕਹਿ ਕੀਤੀ ਸੀ ਨਾ ਵੀ ਆਪਾਂ ਇੱਥੇ ਗੁਰਬਾਣੀ ਸਮਝਣਾ ਹੈ। ਵਿਸਾਖ ਗੁਰੂ ਇਹ ਸਮਝਾਉਣਾ ਚਾਹੁੰਦੇ ਨੇ ਵਿਸਾਖ ਇਹਦਾ ਨਾਂ ਕਿਉਂ ਰੱਖਿਆ ਹੈ, ਅਤੇ ਉਹਦੇ ਲਈ ਡੀਪ ਜਾਂਦੇ ਹੋਏ, ਗਹਿਰਾਈ ਵਿੱਚ ਜਾਂਦੇ ਹੋਏ ਇਹਨੂੰ ਅਨਵੇ ਕਰਦੇ ਨੇ। ਇੱਕ ਮੈਂ ਆਰੰਭ ਵਿੱਚ ਅਰਜ਼ ਕਰਦੇ ਹਾਂ, ਇੱਕ ਅੱਖਰ ਅੱਖਰ ਹੁੰਦਾ ਹੈ, ਕੋਈ ਸ਼ਬਦ ਨਹੀਂ ਹੁੰਦਾ। ਹਮੇਸ਼ਾ ਅੱਖਰ ਤੁਸੀਂ ਲਿਖੋ ਉਹ ਅੱਖਰ ਹੋਵੇਗਾ। ਸ਼ਬਦ ਲਿਖਣ ਲਈ ਘੱਟੋ ਘੱਟ ਦੋ ਅੱਖਰ ਚਾਹੀਦੇ ਨੇ, ਤਨ ਦੋ ਅੱਖਰ, ਮਨ ਦੋ ਅੱਖਰ। ਜੇ ਇਹਦੇ ਵਿੱਚ ਤੱਤਾ ਵੱਖਰਾ ਕਰ ਦਈਏ, ਮੰਮਾ ਵੱਖਰਾ ਕਰ ਦਈਏ, ਕੋਈ ਅੱਖਰ ਕੋਈ ਸ਼ਬਦ ਬਣੇਗਾ? ਕੋਈ ਸ਼ਬਦ ਨਹੀਂ। ਸ਼ਬਦ ਲਈ ਘੱਟੋ ਘੱਟ ਦੋ ਅੱਖਰ ਚਾਹੀਦੇ ਨੇ। ਹੁਣ ਇਹਨੂੰ ਲਫਜ਼ ਨੂੰ ਗੁਰੂ ਨਾਨਕ ਪਾਤਸ਼ਾਹ ਅਨਵੇ ਕਰਦੇ ਨੇ, ਕਿੱਡੀ ਗਹਿਰਾਈ ਹੈ, ਮੇਰੀ ਕਾਵਿ ਰਚਨਾ ਨਹੀਂ। ਇਹਦੇ ਲਫਜ਼ ਨੇ ਤਿੰਨ ਅੱਖਰ, ਅੱਖਰ ਤਿੰਨ ਨੇ, ਵਿਸਾਖ ਦੇ ਅੱਖਰ ਤਿੰਨ ਨੇ, ਬਾਕੀ ਤਾਂ ਹਿੰਸੇ ਨੇ ਨਾ, ਵਿਸਾਖ ਦੇ ਅੱਖਰ ਤਿੰਨ ਨੇ। ਵਾਹਵਾ ਸੱਸਾ ਅਤੇ ਖੱਖਾ। ਅਤੇ ਸ਼ਬਦ ਲਈ ਦੋ ਅੱਖਰ ਚਾਹੀਦੇ ਨੇ ਜਿਹਦਾ ਕੋਈ ਅਰਥ ਹੋਵੇ ਘੱਟੋ ਘੱਟ। ਇਸ ਲਈ ਇਹਨਾਂ ਤਿੰਨਾਂ ਅੱਖਰਾਂ ਨੂੰ ਗੁਰੂ ਨਾਨਕ ਦੋ ਥਾਂ 'ਤੇ ਵੰਡਦੇ ਨੇ। ਪਹਿਲੇ ਦੋ ਅੱਖਰ ਇੱਕ ਪਾਸੇ ਕਰਦੇ ਨੇ, ਪਹਿਲੇ ਦੋ ਅੱਖਰਾਂ ਵਿੱਚ ਇੱਕ ਲਾਮ ਆ ਜਾਂਦੀ ਹੈ ਵਾਹਵੇ ਨੂੰ, ਅਤੇ ਅੱਗੇ ਸੱਸਾ ਮੁਕਤਾ ਆ ਜਾਂਦਾ, ਉਹਦਾ ਇੱਕ ਲਫਜ਼ ਬਣ ਗਿਆ ਵੇਸ। ਦੇਖੋ ਗਹਿਰਾਈ ਕਿੰਨੀ ਹੈ ਗੁਰਬਾਣੀ ਵਿੱਚ।
ਉਹਦਾ ਇੱਕ ਲਫ਼ਜ਼ ਬਣ ਗਿਆ ਵੇਸ। ਅਤੇ ਜੇ ਹੁਣ ਉਸ ਵਿੱਚੋਂ ਦੋ ਅੱਖਰ ਫਿਰ ਬਣਾਉਣੇ ਹੋਣ ਤਾਂ ਫਿਰ ਅਗਲੇ ਅੱਖਰ ਨੂੰ ਨਾਲ ਜੋੜ ਕੇ ਵਿੱਚੋਂ ਸੱਸਾ ਉਹਦੇ ਨਾਲ ਜੋੜ ਦਿਓ ਅਤੇ ਸੱਸੇ ਨੂੰ ਵੀ ਕਿਉਂਕਿ ਕੰਨਾ ਹੈ ਉਹ ਵੀ ਵਿੱਚ ਆ ਜਾਏਗਾ। ਸੱਸੇ ਨੂੰ ਕੰਨਾ ਅਤੇ ਖੱਖਾ ਜੋੜੋ ਤਾਂ ਕੀ ਬਣੇਗਾ? ਸਾਖ। ਦੋ ਤਿੰਨ ਅੱਖਰਾਂ ਵਿੱਚ ਦੋ ਲਫ਼ਜ਼ ਬਣ ਗਏ, ਵੇਸ ਅਤੇ ਸਾਖ। ਹੁਣ ਲਫ਼ਜ਼ ਦੇ ਸ਼ਬਦ ਦੇ ਅਰਥ ਹੁੰਦੇ ਨੇ, ਇਸ ਲਈ ਵੇਸ ਦਾ ਅਰਥ ਹੈ ਪਹਿਰਾਵਾ, ਬਾਣਾ। ਆਪਾਂ ਕਿਹੜਾ ਵੇਸ ਪਾਇਆ, ਕਿਹੜਾ ਕੱਪੜਾ ਪਾਉਣਾ, ਕਿਹੋ ਜਿਹਾ ਸੂਟ ਪਾਉਣਾ, ਕਿਸੇ ਲੋਕਾਂ ਦਾ ਕਿਸੇ ਨੇ ਲੋਕਾਂ ਦਾ ਕੀ ਵੇਸ ਹੈ, ਵੇਸ ਦਾ ਮਤਲਬ ਪਹਿਰਾਵਾ, ਦਿਖਾਵਾ। ਸਾਖ, ਸਾਖ ਕਹਿੰਦੇ ਨੇ ਟਾਹਣੀ ਨੂੰ। ਕਿਸੇ ਦਰਖਤ ਦੀਆਂ ਕਿੰਨੀਆਂ ਸ਼ਾਖਾਂ ਨੇ, ਕਿੰਨੀਆਂ ਟਾਹਣੀਆਂ ਨੇ। ਵੇਸ ਕਹਿੰਦੇ ਨੇ ਪਹਿਰਾਵੇ ਨੂੰ। ਹੁਣ ਇਹਨਾਂ ਦੋ ਲਫ਼ਜ਼ਾਂ ਨੂੰ ਜੋੜ ਕੇ ਲਫ਼ਜ਼ ਬਣ ਗਿਆ ਹੈ ਵੇਸਾਖ। ਅਤੇ ਗੁਰੂ ਨਾਨਕ ਨੇ ਇਹਦੇ ਅਰਥ ਕੀਤੇ ਨੇ, ਕਹਿੰਦੇ ਨੇ ਵਿਸਾਖ ਭਲਾ ਵਿਸਾਖ ਭਲਾ ਕਿਉਂ ਸਾਖਾ ਵੇਸ ਕਰੇ। ਸਾਖਾ ਨੇ ਟਾਹਣੀਆਂ ਨੇ ਵੇਸ ਕੀਤਾ, ਵੇਸ ਹੈ ਪਹਿਰਾਵਾ, ਜਿਹਦੇ ਤੋਂ ਪਛਾਣ ਹੁੰਦੀ। ਅੱਜ ਕਿਸੇ ਨਵੀਂ ਥਾਂ 'ਤੇ ਜਾਵਾਂ, ਮੈਂ ਇੱਕ ਵਾਰ ਕੀਤੀ ਸੀ, ਆਪਾਂ ਸਟੇਸ਼ਨ 'ਤੇ ਕੋਈ ਮੁੱਤਰ ਉਤਰਨਾ ਹੋਵੇ, ਕਿਸੇ ਨੇ ਉਹਨੂੰ ਲੈਣ ਜਾਣਾ ਹੋਵੇ, ਪੁੱਛੀਦਾ ਵੀ ਤੂੰ ਕਿਹੜੇ ਕਿ ਪਛਾਣ ਕਿਵੇਂ ਹੋਵੇਗੀ। ਉਹ ਕਹਿ ਦੱਸਦਾ ਇਸ ਰੰਗ ਦੀ ਮੇਰੀ ਪੱਗ ਹੋਵੇਗੀ, ਇਸ ਰੰਗ ਦੀ ਮੇਰੀ ਕਮੀਜ਼ ਹੋਵੇਗੀ, ਪਛਾਣ ਹੈ। ਅਤੇ ਦਰਖਤਾਂ ਦੀ ਪਛਾਣ ਕੀ ਹੈ, ਬਨਸਪਤੀ ਦੀ ਪਛਾਣ ਕੀ ਹੈ? ਸ਼ਾਖਾ ਨਾਲ ਲੱਗੇ ਹੋਏ ਪੱਤੇ। ਅਤੇ ਇਸ ਮਹੀਨੇ ਵਿੱਚ ਸ਼ਾਖਾ ਨੂੰ ਪੱਤੇ ਲੱਗਦੇ ਨੇ, ਕਿਹੜੀ ਲੌਜਿਕ ਗੱਲ ਹੈ? ਇਸ ਤੋਂ ਪਹਿਲਾਂ ਪਤਝੜ ਹੁੰਦੀ ਹੈ, ਸਰਦੀਆਂ 'ਚ ਪੱਤੇ ਝੜ ਜਾਂਦੇ ਨੇ। ਅਤੇ ਜਦੋਂ ਪੱਤੇ ਝੜੇ ਹੋਣ, ਕੋਈ ਕਿਸੇ ਦਰਖਤ ਨਾਲ ਪੱਤਾ ਨਾ ਹੋਵੇ, ਉਹਦੀ ਪਛਾਣ ਵੀ ਨਹੀਂ ਜੀ ਰਹਿੰਦੀ, ਸਭ ਦੀਆਂ ਟਾਹਣੀਆਂ ਇੱਕੋ ਜਿਹੀਆਂ ਨੇ, ਕੋਈ ਪਛਾਣ ਨਹੀਂ। ਪਛਾਣ ਉਦੋਂ ਹੋਣੀ ਹੈ ਜਦੋਂ ਸ਼ਾਖਾ ਨੂੰ ਪੱਤੇ ਲੱਗਣਗੇ। ਪੱਤਿਆਂ ਦੀ ਕਿਉਂਕਿ ਸ਼ਕਲ ਹਰ ਇੱਕ ਦਰਖਤ ਦੀ ਵੱਖਰੀ ਹੁੰਦੀ ਹੈ, ਟਾਹਣੀਆਂ ਦੀ ਵੱਖਰੀ ਸ਼ਕਲ ਨਹੀਂ ਹੁੰਦੀ, ਪਰ ਪੱਤਿਆਂ ਦੀ ਸ਼ਕਲ ਵੱਖਰੀ ਹੁੰਦੀ ਹੈ। ਨਿੰਮ ਦੇ ਪੱਤੇ ਨੂੰ ਵੇਖ ਕੇ ਕੋਈ ਕਹਿ ਦਿੰਦਾ ਨਿੰਮ ਦਾ ਪੱਤਾ ਹੈ, ਅੰਬ ਦੇ ਪੱਤੇ ਨੂੰ ਵੇਖ ਕੇ ਕੋਈ ਆਖ ਸਕਦਾ ਅੰਬ ਦਾ ਪੱਤਾ, ਪਿੱਪਲ ਦਾ ਪੱਤੇ ਦੀ ਸ਼ਕਲ ਹੋਰ ਹੈ, ਬੋਹੜ ਦੇ ਪੱਤੇ ਦੀ ਸ਼ਕਲ ਹੋਰ ਹੈ, ਟਾਹਲੀ ਦੇ ਪੱਤੇ ਦੀ ਸ਼ਕਲ ਹੋਰ ਹੈ। ਉਹਨਾਂ ਪੱਤਿਆਂ ਦੀ ਸ਼ਕਲ ਤੋਂ ਹੀ ਉਹਨਾਂ ਦਾ ਨਾਮ ਪਛਾਣਿਆ ਜਾਂਦਾ ਵੀ ਮੈਂ ਟਾਹਲੀ ਦੇ ਦਰਖਤ ਥੱਲੇ ਖਲੋਤਾ, ਕਿਉਂਕਿ ਉਸਦੇ ਪੱਤੇ ਦੱਸ ਰਹੇ ਨੇ ਇਹ ਟਾਹਲੀ। ਮੈਂ ਫਲਾਣੇ ਬੋਹੜ ਦੇ ਥੱਲੇ ਖਲੋਤਾ ਕਿਉਂਕਿ ਉਹਦੇ ਪੱਤੇ ਦੱਸ ਰਹੇ ਨੇ ਇਹ ਬੋਹੜ ਹੈ, ਨਹੀਂ ਤਾਂ ਬੋਹੜ ਨੇ ਤਾਂ ਬੋਲ ਕੇ ਨਹੀਂ ਆਖਿਆ ਮੇਰਾ ਨਾਮ ਬੋਹੜ ਹੈ। ਕਿੱਡੀ ਗਹਿਰਾਈ ਹੈ ਗੁਰਬਾਣੀ ਵਿੱਚ। ਗੁਰੂ ਕਹਿੰਦੇ ਨੇ ਮਾਨੋ ਇਸ ਮਹੀਨੇ ਅੰਦਰ, ਮੈਨੂੰ ਇਹ ਮਹੀਨਾ ਕਿਉਂ ਚੰਗਾ ਲੱਗਾ, ਕਿਉਂਕਿ ਇੱਕ ਇਸ ਪਛਾਣ ਇਸ ਮਹੀਨੇ ਦੇ ਅੰਦਰ ਦਰਖਤਾਂ ਨੇ ਸ਼ਾਖਾ ਨੂੰ ਪੱਤੇ ਦਿੱਤੇ ਨੇ ਅਤੇ ਆਪਣੀ ਪਛਾਣ ਕਾਇਮ ਕੀਤੀ ਹੈ। ਲਓ ਕਹਿਣ ਲੱਗੀ ਵਿਸਾਖ ਭਲਾ ਵਿਸਾਖ ਭਲਾ ਸ਼ਾਖਾ ਵੇਸ ਕਰੇ। ਕਹਿਣ ਲੱਗੇ
गुरु नानक ने जिहड़ियां शाखा लाइया सन दसवें जमे विच हुण उन्हां नूं बाणा दिता है, शकल दिती है, पता लगता चलता जाता आ सिख जा रहा है। वेस साडा ककार भावें समझ लो, भावें पैरावार समझ लो, भावें केस समझ लो, इस भावें दस्तार समझ लो, ये सारा कुछ एक वेस साड़ी पछाण है। तो पछाण यही है क्योंकि विसाख दे महीने में शाखा ने वेस किया है, अपनी पछाण कायम की है। गुरु गोबिंद सिंह साहब ने यह दिन चुने है। हम मैं कल दे दिन दे आप कल नूं गुरु गोबिंद गुरु नानक पातशाह जी का पुरब मनाना, वह भी इन्दे नाल संबंधित है। मैं सारे इतिहास नूं इकट्ठा करना चाहना और गुरबाणी राही एक ख्याल करियो, हर एक शाखा उन्नू वेस करन लई दो चीज़ां दी लोड़ होंदी। गुरबाणी ने उन्हां दोवां चीज़ां दा जिक्र कीता है। बारहवां विच एक लाइन है, कहिंदे ने जल बिन शाख कुमलावती। इत्थे भी शाख है, जे किसी दरखत नूं पानी ना मिले टाणियां सुक जाणगियां। पानी ना मिलन ते टाणियां सुकना होर गल है, पर मौसम दी चपेड़ नाल मौसम दी शक्ति नाल टाणियां सुकदियां नहीं। पतझड़ आउंदी है, सर्दियां च टाणियां इउं दुसदियां नाल, दरखत सारे जिवें सब सुक गए ने पर वह अंदरों नहीं सुकदे। जदों मौसम बदलदा बसंत आउंदी उनके अंदरों जिहड़ी हरियावल है ना वह फिर पत्ते पैदा कर दिंदी है, शाखा सुकदियां ने। शाखा सुकदियां उदों ने जदों दो चीज़ां उन्हां नूं ना मिलन, एक तां पानी ना मिले। पानी किसे दरखत नूं ना दिओ, किसे बूटे नूं ना दिओ, बूटा सुक जाएगा। गुरु ने बाणी विच कह दिता जल बिन साख कुमलावती, उपजे नाही दाम। उन्दे विच्चो दौलत, उन्दे विच्चो कोई अमीरी, उन्दी कोई कीमत कुछ नहीं रहिंदी क्योंकि सुक गई है। एक पानी दी लोड़ है, ते दूजी एक होर चीज़ एदों भी ज़्यादा जरूरत दी है, उनका जिक्र भी बाणी विच आ गया। कहिंदे ने मूल बिना शाखा कत आहे। जे मूल नाम जड़ लै, जे जड़ नालों शाखा टुट जाए, पानी ना मिले तां भी सुक जांदी। ते दूजी चीज जे जड़ नालों टुट जाए शाखा, क्यों मूल दा लोड़ है। गुरु नानक ने आके सब तो पहला मूल मंत्र ही क्यों, मूल ही क्यों समझाया है, क्यों बार बार आख्या मन तू जो स्वरूप है अपना मूल पछाण। बल्कि इथों तक कहता मूल छोड़ डाली लगे क्या काई पाई अछाई। मूल नु छड़ के, मूल तो बिना शाखा किसे काम नहीं, ना उन्हां शाखा नु पत्ते आउंदे ने, ना हो हरियां रहिंदियां ने, क्योंकि उन्हां नु पानी नहीं मिलिया ते उन्हां नूं मूल दा साथ नहीं मिलिया। लो आ दो चीज़ां इकट्ठियां कीतियां ने। जिहड़ी शाखा मूल नालों टुट जांदी है, विश्वास करियो वो शाखा हरी नहीं रहिंदी,
ਉਹਨੂੰ ਪੱਤੇ ਵੀ ਨਹੀਂ ਆਉਂਦੇ, ਉਹਨੂੰ ਵੇਸ ਦਾ ਵੀ ਕੋਈ ਫਾਇਦਾ ਨਹੀਂ। ਜਿੰਨੇ ਕਾਗਜ਼ੀ ਫੁੱਲ ਪੈਦਾ ਹੁੰਦੇ ਨੇ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ, ਇਹਨਾਂ ਨੂੰ ਮੂਲ ਦੀ ਵੀ ਲੋੜ ਨਹੀਂ, ਪਰ ਦੇਖਣ ਨੂੰ ਉਹ ਬੂਟੇ ਨਜ਼ਰ ਆਉਂਦੇ ਨੇ, ਇਹੋ ਜਿਹੇ ਬਣ ਗਏ ਨੇ ਅੱਜ ਕੱਲ੍ਹ ਬੂਟੇ, ਘਰਾਂ 'ਚ ਲਗਾ ਦਿਓ, ਪਤਾ ਹੀ ਨਹੀਂ ਲੱਗਦਾ ਨਵੇਂ ਆਏ ਹੋਏ ਆਦਮੀ ਨੂੰ ਕਿ ਇਹ ਬਣਾਵਟੀ ਬੂਟਾ ਹੈ ਕਿ ਅਸਲ ਬੂਟਾ ਹੈ। ਅੱਜ ਸਾਡੀ ਹਾਲਤ ਵੀ ਇਹੋ ਹੀ ਹੈ, ਮੂਲ ਤੋਂ ਬਿਨਾਂ ਕਾਗਜ਼ੀ ਸਿੱਖ ਬਣੇ ਹੋਏ ਹਾਂ। ਕਿਸੇ ਨੂੰ ਪਛਾਣ ਕਰਨੀ ਤਾਂ ਠੀਕ ਸੱਚਮੁੱਚ ਔਖੀ ਹੈ, ਕੋਈ ਹਰ ਆਦਮੀ ਆਪਣੇ ਕਿਰਦਾਰ ਨੂੰ ਛੁਪਾਈ ਬੈਠਾ ਹੈ, ਉਹਨੂੰ ਪਤਾ ਨਹੀਂ ਅੰਦਰ ਹਰਿਆਵਲ ਹੈ ਕਿ ਨਹੀਂ, ਬਾਹਰੋਂ ਰੰਗ ਉਹਦੇ ਭਰ ਦਿੱਤੇ ਨੇ, ਗੁਲਾਬ ਹੀ ਦਿਸਦਾ, ਬਾਹਰੋਂ ਰੰਗ ਉਹੋ ਜਿਹੇ ਭਰ ਦਿੱਤੇ ਨੇ, ਇੱਕ ਬੜਾ ਖੂਬਸੂਰਤ ਬੂਟਾ ਹੀ ਦਿਸਦਾ, ਪਰ ਉਹਦੇ ਪੱਤੇ ਮੂਲ ਵਿੱਚੋਂ ਪੈਦਾ ਨਹੀਂ ਹੋਏ, ਬਾਹਰੋਂ ਲਗਾਏ ਗਏ ਨੇ, ਅਤੇ ਇੱਕ ਵਾਰ ਟੁੱਟ ਗਏ ਮੁੜ ਕੇ ਉਸ ਟਾਹਣੀ ਨੂੰ ਪੱਤੇ ਲੱਗਣੇ ਵੀ ਨਹੀਂ। ਜਿਹੜੀਆਂ ਸ਼ਾਖਾ ਮੂਲ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੇ ਪੱਤੇ ਟੁੱਟ ਜਾਣ, ਬਲਕਿ ਇੱਥੋਂ ਤੱਕ ਜੇ ਕੋਈ ਸ਼ਾਖਾ ਨੂੰ ਵੀ ਕੱਟ ਦੇਵੇ, ਹਰ ਤੁਸੀਂ ਦੇਖਦੇ ਹੋ ਬਾਗਬਾਨੀ ਵਿੱਚ ਜਾ ਕੇ ਦੇਖ, ਮਾਲੀ ਹਰ ਸਾਲ ਛਾਂਗਦੇ ਨੇ ਦਰਖਤਾਂ ਨੂੰ, ਪਰ ਜਿੰਨਾ ਛਾਂਗਦੇ ਨੇ ਓਨੇ ਜ਼ਿਆਦਾ ਗੂੜੇ ਪੈਦਾ ਹੁੰਦੇ ਨੇ, ਜ਼ਿਆਦਾ ਸ਼ਾਖਾ ਪੈਦਾ ਹੁੰਦੀਆਂ ਨੇ, ਛਾਂਗਣ ਵਾਲਾ ਉਹਨੂੰ ਦਰਖਤਾਂ ਨੂੰ ਖਤਮ ਨਹੀਂ ਕਰ ਸਕਦਾ, ਕਿਉਂ? ਕਿਉਂਕਿ ਉਹ ਮੂਲ ਨਾਲੋਂ ਪੈਦਾ ਹੋਏ ਨੇ। ਜਿਹੜੀਆਂ ਕੌਮਾਂ ਮੂਲ ਨਾਲ ਜੁੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਛਾਂਗਣ ਵਾਲੇ ਵੀ ਬੜੇ ਪੈਦਾ ਹੁੰਦੇ ਨੇ, ਐਸੀ ਗੱਲ ਨਹੀਂ, ਪੈਦਾ ਹੋਏ ਨੇ, ਸਾਡਾ ਇਤਿਹਾਸ ਪੜ੍ਹ ਕੇ ਦੇਖ ਲਓ, ਸਾਡੀ ਹਿਸਟਰੀ ਦੱਸਦੀ ਹੈ ਛਾਂਗਣ ਵਾਲੇ ਅਬਦਾਲੀ ਵਰਗੇ ਪੈਦਾ ਹੋਏ, ਛਾਂਗਣ ਵਾਲੇ ਮੀਰ ਮੰਨੂ ਵਰਗੇ ਪੈਦਾ ਹੋਏ, ਜਿਨ੍ਹਾਂ ਨੇ ਜਨਮ ਲੈਂਦੀਆਂ ਪਰੂਪਲਾਂ ਨੂੰ ਵੀ ਛਾਂਗ ਦਿੱਤਾ, ਛੋਟੇ ਛੋਟੇ ਬੱਚਿਆਂ ਨੂੰ ਵੀ ਛਾਂਗ ਦਿੱਤਾ, ਪਰ ਕੀ ਸਿੱਖੀ ਖਤਮ ਹੋ ਗਈ? ਕਿਉਂਕਿ ਮੂਲ ਨਾਲ ਜੁੜੀ ਹੋਈ ਟਾਹਣੀ ਛਾਂਗ ਵੀ ਦੇਵੇ ਮਾਲੀ, ਪਰ ਸੁੱਕਦੀ ਨਹੀਂ, ਖਤਮ ਨਹੀਂ ਹੁੰਦੀ। ਪਰ ਕਿਤੇ ਇਹ ਨਾ ਸਮਝ ਲਈ ਕਿ ਮੂਲ ਦੀ ਕੋਈ ਵੈਲਿਊ ਨਹੀਂ, ਮੂਲ ਨੂੰ ਕੋਈ ਬੂਟਾ ਨਹੀਂ ਲੱਗਦਾ, ਮੂਲ ਨੂੰ ਕੋਈ ਫਲ ਨਹੀਂ ਲੱਗਦਾ। ਕਦੀ ਦੇਖਿਆ ਜੇ ਮੂਲ ਨੂੰ ਫਲ, ਅੰਬ ਉੱਪਰੋਂ ਲੋਕ ਟਾਹਣੀਆਂ ਨਾਲੋਂ ਤੋੜਦੇ ਨੇ, ਕਦੀ ਕਿਸੇ ਨੇ ਵੇਖਿਆ ਵੀ ਇਹ ਮਲ ਜਿੰਨੇ ਫਲ ਲੱਗੇ ਨੇ ਸਾਰੇ ਮੂਲ ਕਰਕੇ ਲੱਗੇ ਨੇ, ਇਸ ਲਈ ਮੂਲ ਨਾਲ ਵੀ ਖੌਲੇ ਕੋਈ ਖੂਬਸੂਰਤ ਅੰਬ ਲੱਗਾ ਹੋਵੇਗਾ? ਬਿਲਕੁਲ ਨਹੀਂ, ਮੂਲ ਨੂੰ ਨਹੀਂ ਲੱਗਦਾ, ਮੂਲ ਅੰਬ ਲਾਉਂਦਾ। ਮੇਰਾ ਮਾਲਕ, ਮੇਰਾ ਪ੍ਰਭੂ ਦਿਸਦਾ ਨਹੀਂ, ਪਰ ਉਹ ਸੰਸਾਰ ਦਿਸਣ ਵਾਲੇ ਸੰਸਾਰ ਨੂੰ ਹਰਿਆਵਲ ਦਿੰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ? ਹਰ ਗੱਲ ਦਾ ਜਵਾਬ ਬਾਣੀ ਵਿੱਚ ਹੈ। ਸਤਿਗੁਰੂ ਕਹਿੰਦੇ ਨੇ, ਉੱਪਰ ਬਣੇ ਆਕਾਸ਼, ਉੱਪਰ ਬਣੇ ਆਕਾਸ਼ ਥੱਲੇ ਧਰ ਸੋਹਤੀ, ਉੱਪਰ ਆਕਾਸ਼ ਹੈ, ਥੱਲੇ ਧਰਤੀ ਹੈ, ਧਰਤੀ 'ਤੇ ਦਰਖਤ ਨੇ, ਹਰਿਆਵਲ ਨੇ, ਫੁਲਵਾੜੀਆਂ ਨੇ, ਗਾਰਡਨ ਨੇ, ਬਾਗ ਨੇ, ਚਿੰਗ ਚਕਾਉਂਦੇ ਪੰਛੀ ਨੇ, ਖੂਬਸੂਰਤ ਪੰਛੀ ਨੇ, ਸਭ ਕੁਝ ਦੇਖਣ ਵਿੱਚ ਬੜਾ ਖੂਬਸੂਰਤ ਲੱਗਦਾ, ਪਰ ਕਦੇ ਕਿਸੇ ਨੇ ਦੇਖਿਆ ਇਹ ਸੰਸਾਰ ਜਿਹੜਾ ਬੜਾ ਖੂਬਸੂਰਤ ਹੈ, ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਕੌਣ ਹੈ? ਤੂੰ ਤਾਂ ਬਨਾਵਟੀ ਬੂਟੇ ਵੀ ਲਾ ਸਕਦਾ ਹੈ, ਤੂੰ ਬਨਾਵਟੀ ਫੁੱਲਾਂ ਦੀਆਂ, ਕਾਗਜ਼ੀ ਫੁੱਲਾਂ ਦੀਆਂ ਫੁਲਵਾੜੀਆਂ ਪੈਦਾ ਕਰ ਸਕਦਾ ਹੈ। ਪਰ ਗੁਰੂ ਕਹਿੰਦੇ ਨੇ ਉੱਪਰ ਬਣੇ ਆਕਾਸ਼, ਐਡੀ ਅਜੀਬ, ਉੱਪਰ ਦੇਖੋ ਤਾਂ ਖੂਬਸੂਰਤ ਤਾਰੇ, ਰਾਤ ਨੂੰ ਰਾਤ ਦੇ ਅੰਧੇਰੇ ਵਿੱਚ ਕਦੇ ਦੇਖੋ, ਮੈਨੂੰ ਅਜੇ ਤੱਕ ਯਾਦ ਹੈ ਅਸੀਂ ਬਚਪਨ ਵਿੱਚ ਜਦੋਂ ਛੱਤਾਂ 'ਤੇ ਸੌਂਦੇ ਸਾਂ, ਰਾਤ ਨੂੰ ਤਾਰੇ ਹੀ ਗਿਣਦੇ ਰਹਿਣੇ,
अंधेरी रात भी कोई खूबसूरती है, पर वो खूबसूरती तू नहीं पैदा की थी। सतगुरु कहते ने ऊपर बने आकाश, तले तरसो होती, थले तेरे खूबसूरत सजाई हुई धरती तेनू दे दिती, जिते पंछी बोल रहे ने, कोयला कूक रही ने, जिस धरती ते दरिया वग रहे ने, निर्मल जल दे चश्मे फुट रहे ने, वो पदया ये सारा कुछ कदी देख किन्ने पैदा कीता है। ऊपर बने आकाश, तले धरसो होती, दह दिस चमके बिजल मुख को जोहती, जड़ी बिजली भी चमकती है ना, वो तुम अज तक उनके वर्गी बिजली चमक पैदा नहीं कर सकिया। तेरी बिजली मोहताज है सोचते हैं, पर मेरे मालिक ने जड़ी बिजली पैदा की थी है, वो जदों चमकती है भावें पल भर लई केवल अपने दृष्टमान रूप विच दिखाउंदी है, पर उदों तेरियां अखां चुंदी आ जांदियां ने। दैदिस भी चमके बीजल मुख को जो होती है। संसार दे अंदर इसलिए गुरु ने एक ख्याल दे दिता, कहन लगे मैं श्रृंगार की करां, धरती भी श्रृंगार करके बैठी किसी की उड़ीक विच। विसाख का महीना आया, धरती संसार कुदरत हर पास साज धर के बैठी है, किस लिए मेरे मालिक दे दीदार हो जाना, ये किसी की उड़ीक ले बैठी है, उड़ीक लाउणी है, किसी की उड़ीक विच बैठी है। सतगुरु अपनी बाणी विच कहंदे ने, मैं की देखदा हाँ कि मैं जब मैं कियो शिंगार, जब कियो सगल शिंगार, तो मेरा मन न पतियारा। कहन लगे बेअंत अनंत खुशबुआं लाइया, सुगंधित तन अनेक सुगंधित तन मैं लावो, वो सुख तिल समान नहीं पावो। कहन लगे अनेक तरह दियां सुगंधियां तन विच ला के तू जे आखें मैनू वो सुख मिल जाए, जिन्नियां सुगंधियां धरती ने कुदरत ने लाइया हुई उन्हां विचों तू ते कुछ कुछ जे तू लिया है तो एक गुलाब की सुगंधी कुछ गुलाबों की लईए, वो तू तन ला के आखने मैं गुलाब का आतर लाया होया। पर जिस धरती ते गुलाब की गिनती कोई नहीं, उस गुलाब विचों थोड़ी जी खुशबू लैके तू आखें कि मैं दुनिया अंदर खूबसूरत बन जावांगा, वो तो संसार जिन्नी संसार की कुदरत है वह सारी खूबसूरती सज के बैठी है। पर क्यों बैठी है? अखीरले लफज वरते ने शब्द कहंदे ने क्यों बैठी है, इसलिए क्योंकि वो भी आस लाई बैठी है, मेरी कुदरत कादर मिलन की आस लाई बैठी है। ये जिन्नी कुदरत की खूबसूरती है वो किसी प्रभु दे मिलाप करके है, किसी की आमद की उड़ीक विच है। तो यो गल गुरु ने बाणी विच आखी है, पर दो ख्याल रखी, दुनिया की हर खूबसूरती हर शाखा भावें वह गुलाब के फुल दी है भावें फलों की है, जिन्नियां शाखा ने भावें तीन छां देने वाली बोर्ड दी है, जिन्नियां शाखा ने ना वो सारियां शाखा किसी पछाण नूं मंगदियां ने, ते पछाण है आउंदी तां है जे मूल नाल जुड़ी होवे, ते जिहड़ी शाखा मूल तो टुट जाती है उस शाखा दे नाल पत्ते भी नहीं पछाण भी नहीं आउंदी। हुण आपां दूजी विसाख दा महीना गुरु अर्जन पातशाह जी दा आउंदा भी एक लफज है, कहिंदे ने विसाख तीर क्यों वाडिया, ये गुरु अर्जन पातशाह जी का बारह माह है। कहिंदे ने
ਜਿਹੜੀ ਵੱਢ ਜਾਂ ਭਾਵ ਟੁੱਟੀ ਹੋਈ ਵੱਖਰੀ ਹੋਈ ਹੋਈ ਵੱਡੀ ਹੋਈ ਸ਼ਾਖਾ ਹੋਵੇ ਉਹਨੂੰ ਕਿੱਥੋਂ ਧੀਰਜ ਮਿਲੇ? ਉਹ ਤਾਂ ਵਿਛੜੀ ਹੋਈ ਹੈ। ਵਿਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਲੱਗੀ ਮਾਇਆ ਧੋ। ਇਸ ਲਈ ਵਿਸਾਖ ਤਾਂ ਹੀ ਭਲੈ ਜੇ ਉਸ ਵਿਸਾਖ ਵਿੱਚ ਤੈਨੂੰ ਮੂਲ ਚੇਤੇ ਆ ਜਾਏ, ਉਸ ਵਿਸਾਖ ਵਿੱਚ ਤੈਨੂੰ ਅੰਮ੍ਰਿਤ ਜਲ ਮਿਲ ਜਾਏ ਤੇ ਫਿਰ ਉਸ ਵਿਸਾਖ ਵਿੱਚ ਤੇਰੀਆਂ ਸ਼ਾਖਾ ਨੂੰ ਤੇਰਾ ਪਹਿਰਾਵਾ ਤੇਰੀ ਪਛਾਣ ਤੇਰੀ ਆਇਡੈਂਟੀ ਤੈਨੂੰ ਪੱਤੇ ਰੂਪ ਵਿੱਚ ਮਿਲ ਜਾਏ, ਉਹ ਹੀ ਤੇਰਾ ਵੇਸ ਹੋਵੇਗਾ, ਉਹ ਹੀ ਤੇਰਾ ਪਹਿਰਾਵਾ ਹੋਵੇਗਾ। ਗੁਰੂ ਨੇ ਇਸ ਲਈ ਇਹ ਲਫ਼ਜ਼ ਵਰਤ ਦਿੱਤੇ ਵਿਸਾਖ ਭਲਾ ਵਿਸਾਖ ਭਲਾ ਸਾਖਾ ਵੇਸ ਕਰੇ ਸਾਖਾ ਵੇਸ ਕਰੇ ਧਨ ਦੇਖੇ ਹਰ ਦੁਆਰ ਹਮੇਸ਼ਾ ਸ਼ਿੰਗਾਰ ਕੀਤਾ ਜਾਂਦਾ ਕਿਸੇ ਦੀ ਉਡੀਕ ਵਿੱਚ। ਮੈਂ ਇੱਕ ਵਾਰ ਕੀਤੀ ਸੀ, ਛੁੱਟੀ ਦਾ ਦਿਨ ਹੋਵੇ ਨਾ, ਘਰ ਮੈਲੇ ਪੁਰਾਣੇ ਕੱਪੜੇ ਪਵਾ ਕੇ ਬੈਠੇ ਹੋਈਦਾ, ਕਿਸੇ ਨੇ ਆਉਣਾ ਤਾਂ ਜੀ ਪਤਾ ਅਚਾਨਕ ਲੱਗ ਜਾਏ ਕਿ ਕਿਸੇ ਨੇ ਘਰ ਆਉਣਾ ਹੈ, ਉੱਠ ਕੇ ਸਜਣਾ ਸਵਾਰਨਾ ਸ਼ੁਰੂ ਕਰ ਦੇਈਦਾ। ਗੁਰੂ ਕਹਿੰਦੇ ਨੇ ਇਹ ਮਾਨੋ ਸਾਰੀ ਕੁਦਰਤ ਸੱਜ ਕੇ ਕਿਉਂ ਬੈਠੀ ਹੈ, ਇਹ ਵੀ ਕਿਸੇ ਦੀ ਉਡੀਕ ਕਰ ਰਹੀ ਹੈ। ਗੁਰੂ ਕਹਿੰਦੇ ਨੇ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ ਧਨ ਦੇਖੇ ਹਰ ਦੁਆਰ ਵਿਸਾਖ ਭਲਾ ਵਿਸਾਖ ਭਲਾ। ਅੱਜ ਵਿਸਾਖ ਚੜਿਆ ਹੈ, ਜਿਹਦੇ ਅਰਥ ਗੁਰੂ ਨਾਨਕ ਨੇ ਕੀਤੇ ਨੇ ਕਿ ਸ਼ਾਖਾ ਨੇ ਵੇਸ ਲੈਣਾ ਹੈ ਅਤੇ ਵੇਸ ਕਿਉਂ ਲੈਣਾ ਹੈ? ਉਹ ਉਹਦਾ ਸ਼ਿੰਗਾਰ ਹੈ ਅਤੇ ਸ਼ਿੰਗਾਰ ਕਿਉਂ ਕਰਨਾ? ਕਿਉਂਕਿ ਪ੍ਰੀਤਮ ਦੇ ਆਉਣ ਦਾ ਸੰਦੇਸ਼ ਹੈ, ਮਾਲਕ ਨੇ ਆਉਣਾ ਹੈ, ਘਰ ਆਉਣਾ ਹੈ। ਇਸ ਲਈ ਸਾਰੀ ਕੁਦਰਤ ਸ਼ਿੰਗਾਰ ਕਰਕੇ ਬੈਠੀ ਹੈ ਅਤੇ ਉਹ ਸ਼ਿੰਗਾਰ ਵੇਸ ਸ਼ਾਖਾ ਨੂੰ ਜਿਹੜਾ ਮਿਲਿਆ ਉਹ ਮਿਲਿਆ ਸਿਰਫ ਇਹਨਾਂ ਦਿਹਾੜਿਆਂ ਵਿੱਚ। ਇਸ ਲਈ ਬਸੰਤ ਰੁੱਤ ਅਤੇ ਬਸੰਤ ਰੁੱਤ ਨਾਲ ਹੀ ਵਿਸਾਖ ਜੋੜਿਆ ਹੈ। ਚੇਤ ਬਸੰਤ ਵਾਲਾ ਆਪਾਂ ਪਿਛਲੇ ਮਹੀਨੇ ਪੜ੍ਹਿਆ ਸੀ, ਕਹਿਣ ਲੱਗੇ ਭਲੀਏ ਰੁੱਤੇ
चेत ते विसाख दोनों रुत्तां दोनों महीने बसंत रुत्त विच आउंदे ने। एकर्स कीती सी 12 महीने ने 6 रुत्तां ने, 6 रुत्तां मन्नियां जांदियां ने, 12 महीने मन्ने जांदे ने, ते उस दे अनुसार एक रुत्त दे हिस्से 2 महीने आउंदे ने। ते चेत विसाख ये 2 महीने बसंत दे हिस्से आए ने। ते बसंत की है एक खूबसूरती दा चिन्ह, जदों संसार दी कुदरत जिहड़ी है वह खूबसूरत बनती है। बसंत दी रुत्त विच फुल खिड़दे ने, हरियावल हुंदी चढ़दी है। ते इस विच गुरु नानक आया। सो ये सारी चीज़ आपां कल दे दीवान विच भी अगला हिस्सा रहना, क्योंकि कल गुरु नानक पातशाह जी का आमद दिहाड़ा है। इन्हां शब्दां नाल खिमांदा जा चुका। फतेह बुलाओ, वाहिगुरु जी का खालसा, वाहिगुरु जी की फतेह।